ਦੋ ਗੱਲਾਂ ਸਮਝਣਾ, ਇੱਕ ਤੇ ਇਹ ਬੇਨਤੀ ਕਿ ਝੂਠਾ ਗੁਰੂ ਜਿਹੜਾ ਹੋਵੇਗਾ ਧਨ ਦੌਲਤ ਵਿੱਚ ਧਿਆਨ ਰੱਖਣ ਵਾਲਾ, ਜੇ ਧਨ ਦੌਲਤ ਵਿੱਚ ਧਿਆਨ ਨਾ ਰੱਖਦਾ ਹੋਵੇ ਤੇ ਅੱਜ ਕਿਉਂ ਕਿਸੇ ਨੂੰ ਆਖੇ ਕਿ ਇੰਨੀ ਭੇਟਾਂ ਮੇਰੇ ਡੇਰੇ ਦੇ ਨਾ ਕਰ ਦੇ, ਕਿਉਂ ਕਿਸੇ ਨੂੰ ਆਖੇ ਕਿ ਇੰਨੀ ਦੌਲਤ ਚਾਹੀਦੀ ਉਹ ਮੇਰੇ ਡੇਰੇ ਵਿੱਚ ਕੰਮ ਆਵੇਗੀ। ਯਕੀਨ ਕਰੋ, ਜਿੰਨੇ ਅੱਜ ਪੰਜਾਬ ਦੀ ਧਰਤੀ 'ਤੇ ਡੇਰੇ ਪ੍ਰਫੁੱਲਤ ਹੋਏ ਨੇ ਨਾ, ਇਹ ਦੁੱਖ ਨਾਲ ਤੁਹਾਡੇ ਸਾਹਮਣੇ ਬੇਨਤੀ ਲੱਗਾ ਕਰਨ, ਜਿੰਨੇ ਅੱਜ ਪੰਜਾਬ ਦੀ ਧਰਤੀ ਉੱਤੇ ਬਾਬੇ ਪ੍ਰਗਟ ਹੋ ਗਏ ਨੇ, ਕਿਧਰੇ ਇੰਨੇ ਪੰਜਾਬ ਵਿੱਚ ਇੰਸਟੀਚਿਊਟ ਖੁੱਲ੍ਹੇ ਹੁੰਦੇ ਨਾ, ਕਿਧਰੇ ਇੰਨੇ ਪੰਜਾਬ ਦੇ ਵਿੱਚ ਕੋਈ ਸਕੂਲ ਕਾਲਜ ਖੁੱਲ੍ਹੇ ਹੁੰਦੇ, ਕਿਧਰੇ ਇੰਨੇ ਪੰਜਾਬ ਦੇ ਵਿੱਚ ਕੋਈ ਕੰਮ ਸਿਖਾਉਣ ਵਾਲੇ ਛੋਟੇ ਛੋਟੇ ਕਿਸੇ ਸਥਾਨ ਉੱਤੇ ਸੰਸਥਾ ਖੁੱਲ੍ਹੀਆਂ ਹੁੰਦੀਆਂ। ਖਿਮਾ ਕਰ ਦਿਓ, ਇੰਨੇ ਲੋਕ ਅੱਜ ਬਾਹਰ ਆਉਣ ਵਾਸਤੇ ਤਰਸਦੇ ਨਾ। ਹਕੀਕਤ ਇਹ ਵੇ, ਉਹਦਾ ਕਾਰਨ ਕੀ ਬਣਿਆ? ਕਾਰਨ ਇੱਕ ਬਣਿਆ, ਪੰਜਾਬ ਦੇ ਵਿੱਚ ਗਰੀਬੀ ਨੇ ਮਾਰਿਆ। ਬੱਚਿਆਂ ਦੀ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਮਾਂ ਬਾਪ ਆਪਣੇ ਘਰੋਂ ਦੁਖੀ ਏ, ਮਾਂ ਬਾਪ ਆਪਣੇ ਘਰ ਵਿੱਚ ਪਰੇਸ਼ਾਨ ਹੈ, ਉਹਨਾਂ ਦੇ ਕੋਲ ਵੀ ਆਪਣੇ ਕੋਲ ਬੱਚਿਆਂ ਨੂੰ ਰੁਜ਼ਗਾਰ 'ਤੇ ਲਾਉਣ ਵਾਸਤੇ ਕੁਛ ਨਹੀਂ। ਦੋ ਪ੍ਰਕਾਰ ਦੇ ਬੱਚੇ ਹੁੰਦੇ ਨੇ, ਇੱਕ ਬੱਚੇ ਉਹ ਜਿਨ੍ਹਾਂ ਨੂੰ ਰੱਬ ਨੇ ਬੜੀ ਤੇਜ਼ ਬੁੱਧੀ ਦਿੱਤੀ ਏ, ਉਹ ਹਰ ਵਕਤ ਪੜ੍ਹਾਈ ਵਿੱਚ ਇੰਨੇ ਤੇਜ਼ ਨੇ ਕਿ ਉਹ ਤੇਜ਼ ਹੋਣ ਕਰਕੇ ਹਮੇਸ਼ਾ ਹਰ ਗੱਲ ਨੂੰ ਪਕੜ ਲੈਂਦੇ ਨੇ ਅਤੇ ਪੜ੍ਹਾਈ ਦੇ ਵਿੱਚ ਅੱਗੇ ਲੰਘੀ ਜਾਂਦੇ ਨੇ। ਐਸੇ ਬੱਚੇ ਪੜ੍ਹ ਪੜ੍ਹ ਕੇ ਉਹ ਚੰਗੀਆਂ ਨੌਕਰੀਆਂ ਲੱਗ ਜਾਂਦੇ ਨੇ, ਉਹ ਕਈ ਨੇ ਪੰਜਾਬ 'ਚ ਤੁਹਾਨੂੰ ਅੱਜ ਵੀ ਮਿਲ ਜਾਣਗੇ, ਚੰਗੀਆਂ ਨੌਕਰੀਆਂ 'ਤੇ ਲੱਗਣਗੇ, ਦੇਸ਼ਾਂ ਵਿਦੇਸ਼ਾਂ ਵਿੱਚ ਚੰਗੀਆਂ ਨੌਕਰੀਆਂ ਕਰਨਗੇ। ਕੁਝ ਬੱਚੇ ਐਸੇ ਹੁੰਦੇ ਨੇ, ਠੀਕ ਹੈ, ਜਿਨ੍ਹਾਂ ਦੀ ਮੱਤ ਬਹੁਤ ਪਤਲੀ ਨਹੀਂ ਹੁੰਦੀ, ਜਿਨ੍ਹਾਂ ਦਾ ਦਿਮਾਗ ਬਹੁਤ ਪਤਲਾ ਨਹੀਂ ਹੁੰਦਾ, ਪਰ ਉਹ ਮੋਟੀਆਂ ਗੱਲਾਂ ਬੜੀ ਛੇਤੀ ਪਕੜ ਲੈਂਦੇ ਨੇ। ਮੋਟੀਆਂ ਗੱਲਾਂ ਭਾਵ ਉਹ ਕੰਮ ਕਾਜ ਵਿੱਚ ਉਹਨਾਂ ਦਾ ਹੱਥ ਚੱਲ ਜਾਂਦਾ, ਕੋਈ ਕੰਮ ਸਿੱਖ ਸਕਦੇ ਨੇ, ਭਾਵੇਂ ਉਹ ਗੱਡੀਆਂ ਠੀਕ ਕਰਨ ਦਾ ਕੰਮ, ਭਾਵੇਂ ਉਹ ਘਰ ਬਣਾਉਣ ਦਾ ਕੰਮ, ਭਾਵੇਂ ਉਹ ਲੱਕੜ ਦਾ ਕੰਮ, ਬੜੇ ਪ੍ਰਕਾਰ ਦੇ ਦਸਤਕਾਰੀ ਏ, ਉਹ ਦਸਤਕਾਰੀ ਕਰ ਸਕਦੇ ਨੇ, ਅਤੇ ਉਹਨਾਂ ਬੱਚਿਆਂ ਨੂੰ ਦਸਤਕਾਰੀ ਦਾ ਕੰਮ ਵੀ ਸਿਖਾਇਆ ਜਾ ਸਕਦਾ ਸੀ, ਪੜ੍ਹਨ ਵਾਲਿਆਂ ਨੂੰ ਪੜ੍ਹਾਇਆ ਜਾ ਸਕਦਾ ਸੀ, ਕੰਮ ਸਿੱਖਣ ਵਾਲੇ ਨੂੰ ਸਿਖਾਇਆ ਜਾ ਸਕਦਾ ਸੀ। ਪਰ ਪੰਜਾਬ ਦੇ ਵਿੱਚ ਜਿੰਨੇ ਵੀ ਡੇਰੇ ਖੁੱਲ੍ਹੇ, ਉਹਨਾਂ ਡੇਰਿਆਂ ਨੇ ਨਾ ਤਾਂ ਕੋਈ ਦਸਤਕਾਰੀ ਵਾਲਾ ਕੰਮ ਸਿਖਾਉਣ ਦੀ ਕੋਸ਼ਿਸ਼ ਕੀਤੀ, ਨਾ ਤਾਂ ਕੋਈ ਕਿਸੇ ਅਸਥਾਨ ਦੇ ਉੱਤੇ ਕੋਈ ਬਹੁਤ ਵੱਡੇ ਸਕੂਲ ਖੁੱਲ੍ਹੇ, ਅਤੇ ਜਿਹੜੇ ਸਕੂਲ ਖੁੱਲ੍ਹੇ ਵੀ ਸੱਚੀ ਜਾਣਿਓ ਉਹਨਾਂ ਵੀ ਮੋਟੀਆਂ ਫੀਸਾਂ ਲੈ ਕੇ ਬੱਚੇ ਆਪਣੇ ਕੋਲ ਭਰਤੀ ਕੀਤੇ। ਹਕੀਕਤ ਜਾਣੋ ਤੁਸੀਂ, ਤੁਹਾਨੂੰ ਸਾਰਾ ਪਤਾ, ਤੁਸੀਂ ਜਾਣਦੇ ਹੋ ਇਹਨਾਂ ਗੱਲਾਂ ਨੂੰ ਕਿ ਪੰਜਾਬ ਵਿੱਚ ਐਸੇ ਸਕੂਲ ਨੇ ਜਿਹੜੇ ਕਹਿੰਦੇ ਤਾਂ ਇਹ ਨੇ ਜੀ ਅਸੀਂ ਬੱਚਿਆਂ ਦੇ ਭਵਿੱਖ ਵਾਸਤੇ ਸਕੂਲ ਖੋਲ੍ਹੇ ਨੇ, ਯੂਨੀਵਰਸਿਟੀਆਂ ਖੋਲ੍ਹੀਆਂ ਨੇ, ਪਰ ਜਦੋਂ ਉਹਨਾਂ ਦੇ ਕੋਲ ਕੋਈ ਜਾਵੇ ਨਾ ਕਿ ਮੇਰਾ ਗਰੀਬ ਬੱਚਾ ਇਹਨੂੰ ਪੜ੍ਹਨੇ ਪਾਲਾ, ਉਹ ਕਹਿੰਦਾ ਪਹਿਲਾਂ ਇੰਨੀ ਫੀਸ ਇੱਥੇ ਰੱਖੋ ਤਾਂ ਪਾਇਆ ਜਾਵੇਗਾ। ਤੁਹਾਨੂੰ ਬਹੁਤ ਸਾਰੇ ਸਕੂਲ ਪੰਜਾਬ ਦੀ ਧਰਤੀ ਉੱਤੇ ਮਿਲ ਜਾਣਗੇ, ਔਰ ਉਹ ਸਕੂਲ ਬਾਬਿਆਂ ਨੇ ਖੋਲ੍ਹੇ ਹੋਏ ਨੇ। ਹਕੀਕਤ ਜਾਣੋ, ਉਹ ਸਕੂਲ ਉਹਨਾਂ ਬਾਬਿਆਂ ਦੇ ਨੇ, ਮੋਟੀਆਂ ਕਮਾਈਆਂ ਨੇ ਉਹਨਾਂ ਸਕੂਲਾਂ ਤੋਂ, ਉਹਨਾਂ ਸਕੂਲਾਂ ਵਿੱਚ ਭ੍ਰਿਸ਼ਟਾਚਾਰ ਵੀ ਚੱਲਦਾ, ਸਭ ਕੁਛ ਹੁੰਦਾ ਹੈ, ਕਿਉਂਕਿ ਅਸਲ ਹਕੀਕਤ ਇਹ ਹੁੰਦੀ ਹੈ ਕਿ ਅੰਦਰ ਖਾਤੇ ਜ਼ਿੰਦਗੀ ਕੁਛ ਹੋਰ ਏ, ਬਾਹਰ ਖਾਤੇ ਕੁਝ ਜ਼ਿੰਦਗੀ ਹੋਰ ਹੁੰਦੀ ਹੈ, ਸਟੇਜਾਂ 'ਤੇ ਕੁਛ ਬੋਲਣਾ ਹੋਰ ਗੱਲ ਹੁੰਦੀ ਏ, ਪਰ ਜ਼ਿੰਦਗੀ ਵਿੱਚ ਕਮਾ ਲੈਣਾ ਕੁਛ ਹੋਰ ਗੱਲ ਹੁੰਦੀ ਏ, ਗੁਰਬਾਣੀ ਦੀ ਕਥਾ ਕਰ ਜਾਣੀ, ਗੁਰਬਾਣੀ ਦੇ ਇਤਿਹਾਸ ਬਾਰੇ ਕੁਛ ਗੱਲ ਕਰ ਲੈਣੀ, ਉਹ ਗੱਲ ਕੁਛ ਹੋਰ ਏ, ਪਰ ਜ਼ਿੰਦਗੀ ਵਿੱਚ ਅਸਲ ਗੱਲ ਕਮਾ ਲੈਣੀ, ਉਹਦਾ ਬੜਾ ਅੰਤਰ ਹੁੰਦਾ। ਬਾਬਿਆਂ ਦੀ ਗੱਲ ਕਰ ਰਿਹਾ ਸਾਂ ਕਿ ਪੰਜਾਬ ਦੇ ਵਿੱਚ ਵੱਖ ਵੱਖ ਡੇਰੇ, ਉਨੇ ਕਿਧਰੇ ਡੇਰਿਆਂ ਦੀ ਥਾਂ 'ਤੇ ਕੋਈ ਸਕੂਲ ਕਾਲਜ ਕੰਮ ਸਿਖਾਉਣ ਵਾਲੀਆਂ ਸੰਸਥਾਵਾਂ ਪੈਦਾ ਹੁੰਦੀਆਂ, ਅਤੇ ਸ਼ਾਇਦ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ। ਆ ਪਿਛਲੇ ਦਿਨਾਂ ਦੀ ਕੁਝ ਦੁਖਾਂਤ ਵਰਤਿਆ ਸਾਡੇ ਸਾਹਮਣੇ, ਸਾਡਾ ਹੀ ਅਸੀਂ ਸਾਡੇ ਭਰਾ ਸਨ ਉਹਨਾਂ ਵਿੱਚ, ਸਾਨੂੰ ਸਾਰਿਆਂ ਨੂੰ ਪਤਾ। ਆ ਕੁਝ ਬੱਚੇ ਜਿਹੜੇ ਪੰਜਾਬ ਤੋਂ ਇੱਧਰ ਆਉਂਦੇ ਪਏ ਸਨ, ਅਤੇ ਤੁਸੀਂ ਕਦੀ ਵੇਖੋ ਜ਼ਰਾ ਘਰਾਂ ਦੇ ਘਰ ਉਜੜੇ ਨੇ, ਉਹਦੇ ਵਿੱਚ ਡੌਂਕੀ ਦੇ ਰਾਹੀਂ ਉਹ ਜਿਹੜੇ ਆਉਣ ਲੱਗੇ ਸਨ, ਅਕਸਰ ਤਾਂ ਭਾਵ ਇਹੀ ਸੀ ਨਾ, ਮਾਂ ਬਾਪ ਨੇ ਪੈਸਾ ਲਾ ਕੇ ਤੋਰਿਆ। ਇਹ ਦੇਖਿਓ, ਬੇਨਤੀ ਸਮਝਿਓ, ਸਾਨੂੰ ਕੁਝ ਮਿਲਦਾ ਉਹਦੇ ਵਿੱਚੋਂ, ਉਹ ਵੱਖ ਨਹੀਂ ਸੀ ਕੋਈ। ਸੱਚੀ ਜਾਣੋ, ਲਵਾਣਾ ਬਰਾਦਰੀ ਦੇ ਬੜੇ ਸਾਰੇ ਬੱਚੇ ਸਨ ਉਹਦੇ ਵਿੱਚ, ਅੱਧੇ ਤੋਂ ਜ਼ਿਆਦਾ ਬੱਚੇ ਸਨ ਉਹ ਨੌਜਵਾਨ ਵੀਰ, ਸਾਡੇ ਅਕਸਰ ਭਰਾ ਸਨ, ਕੋਈ ਬਾਹਰ ਦੇ ਤਾਂ ਨਹੀਂ ਸੀ।
मैं बरादरी वैसे एक शब्द वरत्या तुहाडे सामने समझाण दे वास्ते बेनती लगा करन। यह सारा कुछ क्यों? वह लोग किश्ती दे विच ओ तूफान विच घिरे, तूफान विच घिरे हुए समुद्र दे विच डुब के उन्हां लोकां दीआं जानां गईआं, घरां दे घरां विच रोणे पे, कलेश पिया, जिन्हां ने खुशी दे नाल कदी तोरिया सी उन्हां दे अज अथरू नहीं सुकदे। साल साल दी बच्ची है किसे दी एक छोटी जी, किसे दे दो दो साल दे बच्चे ने, कईआं ने करजा, सानू सारिआं नू पता है करजा चुक चुक के माँ बाप भेजदा, तुसीं वेखो कदी किनू नहीं पता, पैलियां गहने पाईआं जांदीआं ने, जमीना जिन्नियां हुंदीआं ने वह गहने पा के फिर बच्चे बाहर भेजे जाते हैं, व्याज उत्ते करजा लिया जाता है बच्चे बाहर भेजन वास्ते। बेनती समझो कदी ध्यान नाल, व्याज उत्ते करजा लिया जाता बच्चे बाहर भेजन लई, जमीने गहने पईआं जांदीआं बच्चे बाहर भेजन लई, आस उम्मीद पता की लगी होंदी है, घर 18 साल की 20 साल की धी जवान होई होंदी है, मुंडा अजे 16 साल का हुंदा है, तो उन्हूं कहा जांदा पहला ए बाहर जावे कुड़ी नूं बाद च व्याहवांगे। क्यों भला? कारण एक वड्डे तरीके नाल व्याह करना है। वह जिन्नी धन दौलत सी सारी तो उस बच्चे उत्ते ला दित्ती, सब उहदे उत्ते ला के ते लै के उन्हूं तुर पे, तो होया किन्हां दे करके? एजेंटा दे करके। ये बेनती समझो, ये एजेंटा करके क्यों होया? एक भाव होंदा कि ज़्यादा तो ज़्यादा बच्चे एक फेरे विच कढ दित्ते जाण, इस भाव दे करके वह एक किश्ती दे विच बहुत ज़्यादा बच्चे पा दिते, तो वह किश्ती डुब्बी विच भार करके डुब्बी कह लो जां किसे तरीके नाल कह लो, गलत एजेंट मिल जाए तो सच्ची जाणिओ बच्चा भी जाता है, पैसा भी घरों जाता है, रोने हथ पै जाते ने। गलत एजेंट नाल आदमी एक देश तो दूजे देश नहीं पहुँच सकता। गलत बाबा मिल जाए सच्ची जाणिओ, गलत गुरु मिल जाए, पखंडी गुरु मिल जाए, तो उस पखंडी गुरु के नाल अपनी जिंदगी भी बर्बाद होंदी है, इज्जत भी बर्बाद होंदी है, समा भी बर्बाद होंदा, धन भी बर्बाद होंदा, तो पल्ले विच भी कुछ नहीं पैंदा। श्री गुरु ग्रंथ साहिब जी के बचन ने सतगुरु का फुरमान पढ़ के देखो, गुर बिन घोर अंधार गुरु बिन समझ न आवै, गुर बिन सुरत न सिद्ध गुरु बिन मुक्त न पावै, गुरु तो बिना ना मुक्ति हासिल होनी है, गुरु तो बिना ना दुख कट्टे जाने ने। हकीकत जाणो, गलत एजेंट जिंदगी दुख दुखां विच पा देंदा, गलत एजेंट धियां पुत्रां नूं मार के धर देंदा। हकीकत यही है, सच्चाई ए वे। ते जे गलत कोई गुरु दे चरणां विच जुड़ जाइए, किसी पखंडी बाबे दे चरणां विच जुड़ जाओ, किसी पखंडी साध दे चरणां विच लग जाओ, सच्ची जाणो उत्थे भी सब कुछ उजड़ जाता। लोग अज पंजाब की धरती ते जांदे कई बारी वह वड़भाग सिंह दे डेरे जाणगे, उत्थे जाके कहणगे जी सा कोई भूत प्रेत चिमड़ गया है। मैं तुहानूं बेनती करां, आ भूत प्रेत चिमड़न की असी गल तो करने, कदी गुरु अमरदास जी की साखी पढ़ लिया करो। गुरु अमरदास पिता उन्हां दे चरणां दे विच एक आया परिवार, कहन लगा सतगुरु जी मेरी बच्ची नूं भूत चिमड़े है। तो गुरुदेव जी ने अगू जवाब पता की दिता, कहन लगे लगता जपजी नहीं पढ़ता होगा, ये जपजी नहीं पढ़ता, तो जपजी ना पढ़न करके इनू भूत चिमड़ गया। मैं तुहानूं अर्ज करा, जपजी का भाव जपजी एक दे नाल जोड़ती है, जपजी वाहगुरु दे नाल जोड़ती है, जपजी परमात्मा की भगती नाल जोड़ देंदा है। तो जेड़े जपजी नहीं पढ़ते सच्चाई उन्होंने भूत ही चिमड़ते हैं। गुरु ग्रंथ साहब विच फुरमान पढ़ के देखो, ये गुरु ग्रंथ साहब के बचन अपने कोलों नहीं, मैं गुरु ग्रंथ साहब की मोहर ला के तुहाडे सामने गल करना पिया। सतगुरु गुरु ग्रंथ साहब का बचन, मन तन प्रभ आराधी है मिलसाध समागै, उचरत गुण गोपाल जस दूर ते जम भागै, राम नाम जो जन जपै अंतिन सद जागै। तो अगे पता की आख्या, कहन लगे तंत मंत ना जोही, तंत्र ते मंत्र उस बंदे दे नेड़े नहीं आंदे। किस बंदे दे? सतगुरु जेड़ा बंदा राम नाम जपदा पिया, तंत मंत ना जोही, तित चाख ना लागै, चाख कहिंदे ने नज़र लगनी। असी कहने कारोबार थले जान लगा जी, साड़ी नज़र लग गई है,
ਜੀ ਪੁੱਤਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ, ਇਹ ਜੀ ਸਾਡੇ ਪਰਿਵਾਰ ਵਿੱਚ ਨਜ਼ਰ ਲੱਗ ਗਈ ਹੈ, ਉਹਨਾਂ ਨੂੰ ਨਜ਼ਰਾਂ ਲੱਗਦੀਆਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਨੇ। ਹਕੀਕਤ ਜਾਣੋ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਵਾਂਗੇ ਕੋਈ ਨਜ਼ਰ ਨਹੀਂ ਲੱਗ ਸਕਦੀ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦੀ ਬੇੜੀ ਵਿੱਚ ਬੈਠ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਆਪ ਪਾਰ ਉਤਾਰ ਦੇਣਗੇ। ਪਰ ਸੱਚਾਈ ਇਹ ਵੇ ਅਸੀਂ ਬੈਠੇ ਗਲਤ ਬਾਬਿਆਂ ਦੀ ਬੇੜੀਆਂ ਵਿੱਚ, ਕਦੀ ਕਿਸੇ ਕਬਰਾਂ ਵਾਲਿਆਂ ਨੂੰ ਮੱਥੇ ਟੇਕੇ, ਉਹ ਜਿਸ ਦੀ ਆਪਣੀ ਕਬਰ ਬਣੀ ਫਿਰਦੀ ਏ ਉਹ ਦੂਜਿਆਂ ਨੂੰ ਕਿੱਥੋਂ ਪਾਰ ਉਤਾਰੇਗਾ। ਜਿਹੜਾ ਆਪ ਕਬਰ ਦੇ ਵਿੱਚ ਮੂੰਹਦਾ ਪਿਆ, ਜਿਹਨੂੰ ਆਪ ਆਖਿਆ ਜਾਂਦਾ ਕਿ ਇਹ ਤਾਂ ਆਪ ਅਜੇ ਕਬਰ ਦੇ ਵਿੱਚ, ਜਿਹੜਾ ਆਪ ਹੀ ਕਬਰ ਵਿੱਚ, ਦੂਜਿਆਂ ਨੂੰ ਮੁਕਤੀ ਕਿੱਥੋਂ ਦੇਵੇ। ਸਮਝਿਓ ਗੁਰੂ ਕੇ ਸਿੱਖੋ, ਸਤਿਗੁਰ ਦੇ ਚਰਨਾਂ ਵਿੱਚ ਜੁੜੇ ਹੋ ਤੁਸੀਂ, ਗੁਰੂ ਚਰਨਾਂ ਵਿੱਚ ਜੁੜ ਕੇ ਗੱਲ ਸਮਝੋ। ਭਾਈ ਕਾਨ ਸਿੰਘ ਨਾਭਾ ਨੇ ਇੱਕ ਗੱਲ ਲਿਖੀ ਹੈ ਬੜੇ ਕਮਾਲ ਦੀ, ਉਹ ਕਹਿੰਦੇ ਗੁਰੂ ਨਾਨਕ ਦਾ ਸਿੱਖ ਕੌਣ ਹੈ, ਸਿੱਖ ਕਿਹਨੂੰ ਕਿਹਾ ਜਾਵੇ, ਗੁਰੂ ਨਾਨਕ ਦਾ ਸਿੱਖ ਕੌਣ। ਉਹ ਕਹਿੰਦੇ ਨੇ ਸਿੱਖ ਉਹ ਹੈ ਜਿਹੜਾ ਮਾਇਆ ਦੇ ਵਿੱਚ ਰਹੇ, ਪਦਾਰਥ ਵਿੱਚ ਰਹੇ, ਧਨ ਦੌਲਤ ਵਿੱਚ ਰਹੇ, ਆਪਣਾ ਕੰਮ ਕਾਜ ਕਰੇ, ਪਰ ਆਪਣੀ ਸੁਰਤ ਨੂੰ ਉਹਦੇ ਵਿੱਚ ਨਾ ਜਾਣ ਦੇਵੇ, ਸੁਰਤ ਉਹਦੇ ਵਿੱਚ ਨਾ ਜਾਣ ਦੇਵੇ। ਦੂਜੀ ਗੱਲ, ਸਭ ਦੇ ਨਾਲ ਪਿਆਰ ਕਰਦਾ ਹੋਵੇ, ਸਭ ਦੇ ਨਾਲ ਪ੍ਰੀਤ ਰੱਖਦਾ ਹੋਵੇ। ਅਤੇ ਤੀਜੀ ਗੱਲ, ਸਿੱਖ ਦਾ ਜੀਵਨ ਇਹ ਵੇ ਕਿ ਸਿੱਖ ਪਰਮਾਤਮਾ ਦੇ ਭਾਣੇ ਵਿੱਚ ਆਪਣੇ ਆਪ ਨੂੰ ਰੱਖਦਾ ਹੋਵੇ, ਗੁਰਦੁਆਰਿਆਂ ਦੀ ਸੇਵਾ ਕਰੇ ਬਿਨਾਂ ਕਿਸੇ ਸਵਾਰਥ ਤੋਂ ਕਰੇ। ਇਹ ਨਾ ਹੋਵੇ ਕਿ ਗੁਰਦੁਆਰੇ ਦੀ ਸੇਵਾ ਕਰਨਾ ਅਤੇ ਫਲਾਣੀ ਪਦਵੀ ਮੈਨੂੰ ਮਿਲੇ, ਗੁਰਦੁਆਰੇ ਦੀ ਸੇਵਾ ਕਰਨਾ ਅਤੇ ਫਲਾਣੀ ਪਦਵੀ ਦੇ ਉੱਤੇ ਮੈਨੂੰ ਭਾ ਦਿੱਤਾ ਜਾਵੇ। ਬਿਨਾਂ ਕਿਸੇ ਸਵਾਰਥ ਤੋਂ ਸੇਵਾ ਵਿੱਚ ਲੱਗਾ ਹੋਵੇ ਅਤੇ ਕਿਸੇ ਦੇਵੀ ਦੇਵਤੇ ਨੂੰ ਨਾ ਪੂਜਦਾ ਹੋਵੇ, ਕਿਸੇ ਦੇਵੀ ਦੇਵਤਿਆਂ ਨੂੰ ਮੱਥੇ ਨਾ ਟੇਕਦਾ ਹੋਵੇ, ਉਹਨੂੰ ਗੁਰੂ ਨਾਨਕ ਦਾ ਅਕਾਲੀ ਸਿੱਖ ਆਖਿਆ ਜਾ ਸਕਦਾ। ਉਹਨੂੰ ਅਕਾਲੀ ਆਪਾਂ ਕਹਾਂਗੇ, ਅਕਾਲੀ ਇਕੱਲਾ ਕਾਲੀਆਂ ਪੱਗਾਂ ਬੰਨਣ ਨਾਲ ਨਹੀਂ ਕੋਈ ਬਣ ਜਾਂਦਾ। ਹਕੀਕਤ ਜਾਣਿਓ, ਅਕਾਲੀ ਇਕੱਲਾ ਸ਼੍ਰੋਮਣੀ ਅਕਾਲੀ ਦਲ ਵਿੱਚ ਦਾਖਲ ਹੋਣ ਨਾਲ ਨਹੀਂ ਬਣ ਸਕਦਾ। ਅਕਾਲੀ ਤਾਂ ਉਹ ਜਿਹੜਾ ਅਕਾਲ ਨੂੰ ਪੂਜਦਾ ਹੈ, ਅਕਾਲੀ ਉਹ ਜਿਹੜਾ ਅਕਾਲ ਪੁਰਖ ਨੂੰ ਮੰਨ ਕੇ ਤੁਰਦਾ, ਉਹਨੂੰ ਆਖਿਆ ਜਾਂਦਾ ਪੂਜੇ ਨਾ ਅਕਾਲ ਬਿਨ ਦੇਵੀ ਦੇਵਾ ਹੋਰ। ਇੱਕ ਅਕਾਲ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਨੂੰ ਨਾ ਪੂਜੇ, ਪੂਜੇ ਨਾ ਅਕਾਲ ਬਿਨ ਦੇਵੀ ਦੇਵਾ ਹੋਰ। ਕਹਿਣ ਲੱਗੇ ਮਾਨੀਏ ਸਿੱਖ ਸੋ ਅਕਾਲੀ ਹੈ, ਉਹਨੂੰ ਹੀ ਸਿੱਖ ਨੂੰ ਮੰਨੋ ਕਿ ਅਕਾਲੀ ਜਿਹੜਾ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਕਦੀ ਪੜ੍ਹ ਕੇ ਦੇਖੋ, ਧੰਨ ਗੁਰੂ ਗੋਬਿੰਦ ਸਿੰਘ ਨੇ ਬਚਨ ਕੀਤਾ, ਜਾਗਤ ਜੋਤ ਜਪੈ ਨਿਸ਼ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੌਰ ਮੜੀ ਮੱਠ ਭੂਲ ਨਾ ਮਾਨੈ। ਭੂਲ ਨਾ ਅਰਥ ਸਮਝਿਓ, ਭੂਲ ਦਾ ਮੀਨਿੰਗ ਹੈ ਭੁੱਲ ਕੇ ਵੀ ਇਹਨਾਂ ਦੇ ਦਰਵਾਜ਼ਿਆਂ 'ਤੇ ਨਾ ਚਲਾ ਜਾਵੇ। ਗੁਰੂ ਗ੍ਰੰਥ ਸਾਹਿਬ ਇੱਕ ਫਰਮਾਨ ਕਰਦੇ ਨੇ, ਕਹਿੰਦੇ ਨੇ ਜਿਹਦਾ ਆਪਣਾ ਬਾਪ ਬੜਾ ਅਮੀਰ ਹੋਵੇ ਨਾ, ਜਿਹਦਾ ਆਪਣਾ ਪਿਤਾ ਬੜਾ ਅਮੀਰ ਹੈ, ਉਹ ਗੁਆਂਢੀ ਦੇ ਘਰ ਜਾ ਕੇ ਪੈਸਾ ਮੰਗਦਾ ਫਿਰੇ, ਉਹ ਆਪਣੀ ਤਾਂ ਇੱਜ਼ਤ ਗਵਾਉਂਦਾ ਗਵਾਉਂਦਾ ਆਪਣੇ ਬਾਪ ਦਾ ਵੀ ਨਾਮ ਖਰਾਬ ਕਰਦਾ, ਆਪਣੇ ਬਾਪ ਦਾ ਵੀ ਨਾਮ ਖਰਾਬ ਕਰਦਾ। ਸਿੱਖਾ, ਤੇਰਾ ਗੁਰੂ ਗ੍ਰੰਥ ਸਾਹਿਬ ਬੜਾ ਅਮੀਰ ਹੈ, ਤੂੰ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਟੈਰੋ ਕਾਰਡ ਵਾਲੇ ਕੋਲ, ਕਿਸੇ ਹੱਥ ਵਿਖਾਉਣ ਵਾਲੇ ਕੋਲ ਜਾਵੇਂ, ਸੱਚੀ ਜਾਣੀ ਤੂੰ ਆਪ 'ਤੇ ਬਦਨਾਮ ਹੋਵੇਂਗਾ, ਆਪਣੇ ਗੁਰੂ ਗ੍ਰੰਥ ਸਾਹਿਬ ਦਾ ਵੀ ਨਾਮ ਨਾ ਖਰਾਬ ਕਰੇਗਾ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗਿਆਨੀ ਸੁਖਵਿੰਦਰ ਸਿੰਘ ਜੀ ਬੰਬੇ ਵਾਲੇ, ਜੋ ਆਪ ਜੀ ਨੂੰ ਕਥਾ ਸਰਵਣ ਕਰਾ ਰਿਹਾ ਸੀ ਅਤੇ ਗੁਰੂ ਸ਼ਬਦ ਨਾਲ ਜੋੜ ਰਿਹਾ ਸੀ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ। ਸਾਡਾ ਪੰਜਾਬ ਗਲੋਬਲ ਵਾਲੇ ਸਾਡੇ ਜਿਹੜੇ ਨੇ ਸਾਡੇ ਵੀਰ, ਇਹ ਹਰ ਹਫ਼ਤੇ ਇੱਕ ਘੰਟਾ ਰਿਕਾਰਡ ਕਰਦੇ ਨੇ, ਔਰ ਜਿਹੜਾ ਅੱਜ ਰਿਕਾਰਡ ਹੋ ਰਿਹਾ ਉਹ ਅਗਲੇ ਮੰਡੇ, ਰੂਟੀਨ ਹੈ ਕਿ ਹਰ ਮੰਡੇ 6 ਤੋਂ 7 ਵਜੇ ਤੱਕ ਇਹ ਪ੍ਰੋਗਰਾਮ ਗੁਰੂ ਘਰ ਦਾ ਦਿਖਾਇਆ ਜਾਂਦਾ, ਜੋ ਕਿ ਬਹੁਤ ਵਧੀਆ ਪ੍ਰੋਗਰਾਮ ਹੈ, ਜਿਹੜਾ ਗੁਰੂ ਘਰ ਦੇ ਪ੍ਰਬੰਧਕ ਜਾਂ ਗੁਰੂ ਘਰ ਦੀ ਕਮੇਟੀ ਵੀ ਉਪਰਾਲਾ ਕਰ ਰਹੀ ਹੈ, ਔਰ ਸਾਡੇ ਵੀਰ ਵੀ ਬਹੁਤ ਵਧੀਆ ਪ੍ਰੋਗਰਾਮ ਜੋ ਦਿਖਾ ਰਹੇ ਨੇ। ਸੋ ਇਹਦੇ ਨਾਲ ਵੀ ਅਸੀਂ ਜੁੜਨਾ ਕਿ ਗੁਰੂ ਘਰ ਦਾ ਜੋ ਬਾਹਰ ਜਿੰਨਾ ਵੀ ਇਹ ਨਾਂ ਅੱਗੇ ਹੁੰਦਾ ਉੱਚਾ ਹੁੰਦਾ, ਸੋ ਦਾਸ ਜਦੋਂ ਇਹ ਬੇਨਤੀਆਂ ਕਰਦੇ ਕਿ ਹਰ ਮੰਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਜ਼ਰੂਰ ਦੇਖਿਆ ਕਰੋ, ਜੋ ਕਿ TV ਜ਼ਰੂਰ ਦੇਖਿਆ ਕਰੋ, ਉਹਦੇ ਵਿੱਚ ਜਿੰਨਾ ਵੀ ਜਿੰਨਾ ਅੱਜ ਦਾ ਪ੍ਰੋਗਰਾਮ ਸਾਰਾ ਰਿਪੀਟ ਕੀਤਾ ਜਾਂਦਾ। ਸੋ ਇਹ ਦਾਸ ਜੋ
ਬੇਨਤੀਆਂ ਇੰਨੀਆਂ ਪ੍ਰਵਾਨ ਕਰਨੀਆਂ। ਸੋ ਹੁਣ ਸਾਡੇ ਕੋਲ ਜੋ ਸਤਿਕਾਰਯੋਗ ਕੀਰਤਨ ਜਥਾ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਭੇਵੇ ਵਾਲੇ ਆਪ ਜੀ ਨੂੰ ਸ਼ਬਦ ਕੀਰਤਨ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆ ਗਏ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪਹਿ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝੇ ਪਾਸ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਂ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕਿਹਾ ਕਾੜਾ ਜੀਉ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਤੂੰ ਮੇਰਾ ਗੁਰਹਾਈ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਤੂੰ ਮੇਰਾ ਗੁਰਹਾਈ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਹਰ ਦਰਸ਼ਨ ਦੇਹੋ ਦਿਖਾ ਹਰ ਦਰਸ਼ਨ ਦੇਹੋ ਦਿਖਾ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਤੂੰ ਮੇਰਾ ਗੁਰਹਾਈ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਤੂੰ ਮੇਰਾ ਗੁਰਹਾਈ Thank you.
दर्शन हर जीव पाए।
दर्शन हर जीव पाए, इयों दर्शन हर जीव पाए। एक पिता एकस के हम बारिक, ਸਤਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਕੀਰਤਨੀ ਜਥਾ ਬਲਜਿੰਦਰ ਸਿੰਘ ਜੀ ਭੇਵੇ ਵਾਲੇ, ਜੋ ਆਪ ਜੀ ਨੂੰ ਸ਼ਬਦ ਨਾਲ ਜੋੜ ਰਿਹਾ ਸੀ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ, ਕਿਉਂਕਿ ਬਹੁਤ ਮਿੱਠੀ ਇਹਨਾਂ ਦੀ ਆਵਾਜ਼ ਹੈ ਔਰ ਬਹੁਤ ਸੋਹਣਾ ਕੀਰਤਨ ਕਰਦੇ ਨੇ। ਸੋ ਜਦੋਂ ਵੀ ਅਸੀਂ ਇਹਨਾਂ ਨੂੰ ਆਵਾਜ਼ ਮਾਰਦੇ ਹਾਂ, ਉਦੋਂ ਹੀ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ। ਦੁਬਾਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਕੋਲ ਢਾਡੀ ਜਥਾ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ ਵਡਾਣਾ, ਜੋ ਆਪ ਜੀ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਏ ਪੁਕਾਰ ਧੰਨ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਧੰਨ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਧੰਨ ਤੂੰ ਹੀ ਨਿਰੰਕਾਰ ਹੋ ਹੋ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਪਰਮ ਪਿਤਾ ਗੁਰਦੇਵ ਸਵਾਮੀ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ 'ਤੇ ਬਿਰਾਜਮਾਨ ਗਿਆਨ ਦੇ ਸਾਗਰ ਰੂਹਾਨੀਅਤ ਦੇ ਭੰਡਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਇਹਨਾਂ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਪਾਵਨ ਅਸਥਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਵਿਖੇ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਭਾਵੇਂ ਬਹੁਤ ਠੰਡ ਹੈ ਫਿਰ ਵੀ ਸਤਿਗੁਰੂ ਨਾਲ ਪਿਆਰ ਕਰਦਿਆਂ ਹੋਇਆਂ ਕੰਮਾਂ ਕਾਰਾਂ ਨੂੰ ਸੰਕੋਚ ਕੇ ਦੂਰੋਂ ਨੇੜਿਓਂ ਪਹੁੰਚੇ ਗੁਰੂ ਪਿਆਰਿਓ ਵੱਡਿਆਂ ਭਾਗਾਂ ਵਾਲਿਓ ਸਤਿਗੁਰੂ ਦੀ ਮਹਾਨ ਕਿਰਪਾ ਹੋਈ ਸਤਿਗੁਰੂ ਨੇ ਕਿਰਪਾ ਕੀਤੀ ਆਪਾਂ ਸਤਿਗੁਰੂ ਦੀ ਨਿੱਘੀ ਗੋਦ ਵਿੱਚ ਸਾਰੇ ਜੁੜੇ ਹਾਂ ਸ਼ੁਕਰਾਨੇ ਵਜੋਂ ਸਾਰੇ ਇੱਕ ਵਾਰੀ ਪਿਆਰ ਵਿੱਚ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਸਤਿਗੁਰੂ ਦੀ ਬਖਸ਼ੀ ਫਤਿਹ ਬੁਲਾਵੋ ਫਿਰ ਜਿਵੇਂ ਗੁਰੂ ਬਾਬਾ ਮਿਹਰ ਕਰੇਗਾ ਰਲ ਮਿਲ ਕੇ ਇਤਿਹਾਸ ਵੱਲ ਨਜ਼ਰ ਮਾਰਾਂਗੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਸਮਾਗਮ ਨੂੰ ਗਲੋਬਲ ਟੀ ਵੀ ਵਾਲੇ ਵੀਰ ਜੀ ਗਿੱਲ ਸਾਹਿਬ ਸਾਰੇ ਨੂੰ ਕਵਰ ਕਰਕੇ ਆਪ ਸੰਗਤਾਂ ਤੱਕ ਮੀਡੀਆ ਦੁਆਰਾ ਪ੍ਰਚਾਰ ਕਰਦੇ ਨੇ ਮੈਂ ਆਪਣੀ ਢਾਡੀ ਜੱਥੇ ਵੱਲੋਂ ਗਲੋਬਲ ਟੀ ਵੀ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਸਮੁੱਚੀ ਮੈਨੇਜਮੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਕੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਕੇ ਆਪਣੇ ਪ੍ਰਕਰਮ ਦੀਆਂ ਕੁਝ ਵਿਚਾਰਾਂ ਸਾਂਝੀਆਂ ਕਰਨੀ ਚਾਹਾਂਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਮਿਸ਼ਨ ਵਿੱਚ ਆਪਾਂ ਪੈਦਾ ਹੋਏ ਹਾਂ ਸਾਡੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਸਿੱਖੀ ਪਰਿਵਾਰ ਵਿੱਚ ਪੈਦਾ ਹੋਣਾ ਇੱਕ ਚੰਗੇ ਕਰਮਾਂ ਦੀ ਨਿਸ਼ਾਨੀ ਅਤੇ ਗੁਰੂ ਅਕਾਲ ਪੁਰਖ ਪਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਹੈ ਔਰ ਮਾਣ ਨਾਲ ਸਿਰ ਉਦੋਂ ਉੱਚਾ ਹੋ ਜਾਂਦਾ ਹੈ ਜਦੋਂ ਸਾਡੇ ਪੁਰਖਿਆਂ ਦੀ ਤਾਰੀਫ ਵਿਸ਼ਵ ਭਰ ਦੇ ਲੈਵਲ ਦੇ ਉੱਤੇ ਉੱਚ ਪੱਧਰ 'ਤੇ ਆਉਂਦੀ ਹੈ ਮੈਂ ਅਖਬਾਰ ਦੀ ਸੁਰਖੀਆਂ ਪੜ੍ਹ ਰਿਹਾ ਸਾਂ ਫੇਸਬੁੱਕ ਦੇ ਉੱਤੇ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਸਰਵੇਖਣ ਹੋਇਆ ਕਿ ਦੁਨੀਆ ਦਾ ਮੰਨਿਆ ਪਰਮੰਨਿਆ ਸਭ ਤੋਂ ਅੱਗੇ ਲੰਘਣ ਵਾਲਾ ਕੋਈ ਯੋਧਾ ਹੈ ਕਹਿੰਦੇ 10 ਯੋਧਿਆਂ ਦਾ ਨਾਂ ਆਇਆ ਉਹਨਾਂ 10 ਯੋਧਿਆਂ ਦੇ ਵਿੱਚੋਂ ਫਿਰ ਲੋਕਾਂ ਨੇ ਬੁੱਧੀਜੀਵ ਬੈਠ ਕਰਕੇ ਵਿਚਾਰ ਕਰਦੇ ਨੇ ਕਿ ਦੁਨੀਆ ਦੇ ਅੰਦਰ ਇਹਨਾਂ 10 ਵਿੱਚੋਂ ਸਭ ਤੋਂ ਮੋਹਰੀ ਕੌਣ ਹੈ ਅਤੇ ਨਾ ਕਿਹਦਾ ਆਇਆ ਫਾਕਰ ਵਿੱਚ ਆਖਾਂ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਾਲੋਂ ਇਹਦਾ ਕਹਿ ਦਿਓ ਇੱਕ ਵਾਰੀ ਸਤਨਾਮ ਕਿੱਡੇ ਫਕਰ ਦੀ ਬਾਤ ਹੈ ਪਿਆਰੀ ਸਾਧ ਸੰਗਤ ਜੀ ਪਹਿਲਾਂ ਤਾਂ ਸਾਨੂੰ ਆਪਣੀ ਕੌਮ ਦੇ ਉੱਤੇ ਮਾਣ ਹੈ ਜਿਨ੍ਹਾਂ ਨੇ ਸਿੱਖੀ ਦਾ ਇਤਿਹਾਸ ਆਪਣੇ ਖੂਨ ਦੀ ਸਿਆਹੀ ਬਣਾ ਕੇ ਆਪਣੀਆਂ ਹੱਡੀਆਂ ਦੀਆਂ ਕਲਮਾਂ ਬਣਾ ਕੇ ਲਿਖਿਆ ਉੱਥੇ ਜਦੋਂ ਵਿਸ਼ਵ ਪਰਮ ਭਰ ਦੇ ਵਿੱਚ ਵਿਚਾਰ ਹੁੰਦਾ ਅਤੇ ਬੁੱਧੀ ਜੀ ਬੈਠ ਕੇ ਫੈਸਲਾ ਲੈਂਦੇ ਨੇ ਅਤੇ ਸਾਡੀ ਕੌਮ ਦੇ ਉਸ ਮਹਾਨ ਜਰਨੈਲ ਦਾ ਨਾਂ ਆਉਂਦਾ ਅਤੇ ਸਾਡਾ ਸਿਰ ਗੌਰਵ ਨਾਲ ਉੱਚਾ ਹੁੰਦਾ ਨਾ ਆਓ ਉਸ ਮਹਾਨ ਯੋਧੇ ਦੇ ਇਤਿਹਾਸ ਵੱਲ ਮੈਂ ਆਪ ਜੀ ਦਾ ਧਿਆਨ ਲਿਜਾਣਾ ਚਾਹਾਂਗਾ ਜਿਨ੍ਹਾਂ ਨੇ ਕੌਮ ਦੀ ਸ਼ਾਨ ਅਤੇ ਮਾਣ ਨੂੰ ਵਧਾਉਣ ਦਾ ਯਤਨ ਕੀਤਾ ਉਸ ਕੌਮ ਦੇ ਮਹਾਨ ਯੋਧੇ ਜਰਨੈਲ ਸਤਿਕਾਰਯੋਗ ਸਰਦਾਰ ਹਰੀ ਸਿੰਘ ਨਲੂਏ ਦੀ ਬਾਤ ਆਪ ਜੀ ਨਾਲ ਸਾਂਝੀ ਕਰਨ ਲੱਗਾ ਵਾਂ ਗੁਜਰਾਂਵਾਲੀ ਦੀ ਧਰਤੀ ਦੇ ਅੰਦਰ ਪੈਦਾ ਹੋਇਆ ਸਰਦਾਰ 1805 ਦੇ ਅੰਦਰ ਸਜੇ ਬਸੰਤੀ ਦਰਬਾਰ ਦੇ ਅੰਦਰ ਆਇਆ ਵੱਖ ਵੱਖ ਜਰਨੈਲਾਂ ਨੇ ਆਪਣੇ ਆਪਣੇ ਕੌਤਕ ਵਿਖਾਏ ਆਖਰ 14-15 ਸਾਲਾਂ ਦਾ ਮੁੱਠ ਪੁੱਟ ਗਾਭਰੂ ਸਰਦਾਰ ਹਰੀ ਸਿੰਘ ਨਲੂਆ ਮੈਦਾਨੇ ਜੰਗ ਵਿੱਚ ਆਇਆ ਉਸ ਮੈਦਾਨ ਵਿੱਚ ਆਇਆ ਆ ਕੇ ਆਪਣੇ ਐਸੇ ਜੌਹਰ ਵਿਖਾਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਖੜ੍ਹਾ ਹੋਇਆ ਕੁਰਸੀ ਤੋਂ ਉਹਨੇ ਕੱਢਿਆ ਕੈਂਠਾ ਗਲ ਦੇ ਵਿੱਚ ਪਾਇਆ ਅੰਗ ਰੱਖੇ ਫੌਜ ਦੇ ਵਿੱਚ ਭਰਤੀ ਕਰ ਲਿਆ ਇੱਕ ਛੋਟੇ ਜਿਹੇ ਸਿਪਾਹੀ ਤੋਂ ਚੀਫ ਆਫ ਕਮਾਂਡਰ ਔਰ ਕਿਲਿਆਂ ਦਾ ਸੂਬੇਦਾਰ ਗਵਰਨਰ ਤੱਕ ਪਹੁੰਚਿਆ ਇਹਦੀ ਸੋਚ ਇਹਦੇ ਡੌਲਿਆਂ ਦੇ ਬਾਹੂਬਲ ਇਹਦੇ ਗੁਰੂ ਦੇ ਉੱਤੇ ਕੀਤੇ ਵਿਸ਼ਵਾਸ ਨੂੰ ਭਾਗ ਲੱਗੇ ਜਿਸ ਦਿਨ ਇਸ ਨੂੰ ਦੁਨੀਆ ਦਾ ਵਿਸ਼ਵ ਭਰ ਦਾ ਮਹਾਨ ਯੋਧਾ ਮੰਨਿਆ ਗਿਆ ਉਸ ਮਰਜੀਵੜੇ ਕੌਮ ਦੇ ਯੋਧੇ ਜਰਨੈਲ ਦੀ ਬਾਤ ਸਾਂਝੀ ਕਰਨ ਲੱਗਾ ਵਾਂ ਪਿਆਰ ਵਾਲਿਓ ਕਹਿੰਦੇ ਉਹ ਸਮਾਂ ਜਿਸ ਸਮੇਂ ਭਾਰਤ ਦੇਸ਼ ਦੇ ਉੱਤੇ ਚੜ੍ਹ ਕੇ ਮੁਗਲ ਫੌਜਾਂ ਆਉਂਦੀਆਂ ਨੇ ਬਹੂ ਬੇਟੀਆਂ ਨੂੰ ਬੰਨ ਕੇ ਲਿਜਾਣਾ ਮੰਦਰਾਂ ਨੂੰ ਤੋੜਨਾ ਮੰਦਰਾਂ ਦੇ ਰਖਵਾਲੇ ਹੱਥ ਵਿੱਚ ਮਾਲਾ ਫੜ ਕੇ ਰਾਮ ਰਾਮ ਕਰਕੇ ਰੋਂਦੀਆਂ ਧੀਆਂ ਭੈਣਾਂ ਦੀਆਂ ਚੀਕਾਂ ਨੂੰ ਸੁਣ ਕੇ ਇਹ ਕਹਿ ਦਿਆ ਕਰਦੇ ਸਨ ਨੀ ਧੀਏ ਸਾਡੇ ਵਿੱਚ ਬਾਹੂ ਵੱਲ ਨਹੀਂ ਜ਼ਾਲਮ ਜ਼ਰਮਾਨਾ ਬੜਾ ਤਾਕਤਵਰ ਹੈ।
ਨਾਲ ਲੜਨਾ ਅਸੀਂ ਮੌਤ ਨੂੰ ਦਾਵਤ ਦੇਣ ਵਾਲੀ ਗੱਲ ਹੋਵੇਗੀ, ਅਸੀਂ ਲੜ ਨਹੀਂ ਸਕਦੇ। ਆਖਰ ਰੋਂਦੀਆਂ ਅਤੇ ਕੁਰਲਾਨੀਆਂ ਧੀਆਂ ਨੂੰ ਜਾ ਕੇ ਗਜਨੀ ਦੇ ਬਾਜ਼ਾਰ ਦੇ ਅੰਦਰ ਇੱਕ ਟੱਕੇ ਦੇ ਮੁੱਲ ਦੇ ਉੱਤੇ ਵੇਚ ਦਿੱਤਾ ਜਾਂਦਾ ਸੀ। ਮਰੀ ਜ਼ਮੀਰ ਵਾਲੇ ਭਰਾ, ਮਰੀ ਜ਼ਮੀਰ ਵਾਲਾ ਪਿਓ, ਪਰਿਵਾਰ ਦਾ ਇੱਕ ਇੱਕ ਜੀ ਇਸ ਐਡੇ ਸਦਮੇ ਨੂੰ ਬਰਦਾਸ਼ਤ ਕਰ ਜਾਂਦਾ ਸੀ ਦੋ ਹੰਝੂ ਗੇਰ ਕੇ। ਆਖਰ ਮਾਲਾ ਫੇਰ ਫੇਰ ਕੇ ਬੁਲਦਲ ਹੋਏ ਜਵਾਨੇ ਦੇ ਵਿੱਚ ਅਣਖ ਜਗਾਉਣ ਵਾਲੇ ਦਾਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਕੀ ਪਹੁਲ ਅਮਰ ਦੀ ਦਾਤ ਦੇ ਕੇ ਐਸੇ ਮਰਦ ਪੈਦਾ ਕਰ ਦਿੱਤੇ। ਸਰਦਾਰ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਨੇ ਉਹਨਾਂ ਜ਼ਾਲਮ ਲੋਕਾਂ ਦੇ ਰਾਹਾਂ ਨੂੰ ਬੰਦ ਕਰ ਦਿੱਤਾ। ਕਦੇ ਆਇਆ ਕਰਦੇ ਸਨ ਇੱਜ਼ਤ ਲੁੱਟਣ ਵਾਸਤੇ ਅਤੇ ਦੁਨੀਆਂ ਨੂੰ ਕੁੱਟਣ ਵਾਸਤੇ, ਅਤੇ ਕਦੇ ਆਉਂਦੇ ਸਨ ਅਤੇ ਅੱਜ ਵੀ ਆਉਂਦੇ ਨੇ ਕੁਹਾੜੇ ਆਪਣੇ ਮੋਢਿਆਂ 'ਤੇ ਰੱਖ ਕੇ ਸਾਰਾ ਦਿਨ ਮਿਹਨਤ ਕਰਦੇ ਨੇ, ਤੁਹਾਡੇ ਦਰਵਾਜ਼ਿਆਂ 'ਤੇ ਆ ਕੇ ਮਿਹਨਤ ਭਾੜਦੇ ਨੇ ਇੰਡੀਆ ਭਾਰਤ ਦੇ ਦੇਸ਼ ਦੇ ਅੰਦਰ, ਅਤੇ ਦੁਪਹਿਰ ਅਤੇ ਸ਼ਾਮ ਦੇ ਟਮੇ ਸਮੇਂ ਦਰਵਾਜ਼ੇ 'ਤੇ ਖਲੋ ਕੇ ਇੱਕ ਆਵਾਜ਼ ਦੇ ਕੇ ਕਹਿੰਦੇ ਨੇ ਨੀ ਮਾਈ ਟੁੱਕਰ ਇੱਕ ਪਲ ਦੀ ਰੋਟੀ ਦੇ ਦੇ ਤੇਰੇ ਸਹਾਰੇ ਮੇਰੀ ਜ਼ਿੰਦਗੀ ਦਾ ਅਗਲਾ ਪਲ ਆਵੇਗਾ। ਕਦੇ ਲੁੱਟ ਕੇ ਲੈ ਕੇ ਜਾਂਦੇ ਸਨ ਅਤੇ ਅੱਜ ਭੀਖ ਮੰਗਦੇ ਨੇ, ਉਹ ਕਿਹਨਾਂ ਦੇ ਸਦਕਾ? ਉਹ ਸਾਡੇ ਪੁਰਖੀਆਂ ਦੇ ਸਦਕਾ। ਸਰਦਾਰ ਹਰੀ ਸਿੰਘ ਨਲੂਆ ਬਿਮਾਰ ਹੋਇਆ, ਜਿਹਨੇ ਅਨੇਕਾਂ ਮੱਲਾਂ ਮਾਰੀਆਂ ਨੇ, ਬਿਮਾਰੀ ਦੀ ਹਾਲਤ ਦੇ ਅੰਦਰ ਪਿਸ਼ਾਵਰ ਦੀ ਧਰਤੀ ਦੇ ਉੱਤੇ ਇਲਾਜ ਕਰਾਉਣ ਵਾਸਤੇ ਪਹੁੰਚਿਆ। ਦੂਜੇ ਪਾਸੇ ਕੌਣ? ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੋਤਰੇ ਦੇ ਵਿਆਹ ਦੀਆਂ ਖੁਸ਼ੀਆਂ ਦੇ ਅੰਦਰ ਰੁੱਝਿਆ ਹੋਇਆ। ਮੈਂ ਬੇਨਤੀ ਕਰਨ ਲੱਗਾ, ਗੌਰ ਨਾਲ ਸੁਣਿਓ, ਸਿੱਖ ਕੌਮ ਦੇ ਅੰਦਰ ਜੇ ਗਦਾਰ ਨਾ ਹੁੰਦੇ ਤੇ ਕੌਮ ਨੂੰ ਅੱਜ ਐਸਾ ਦਿਨ ਨਾ ਵੇਖਣਾ ਪੈਂਦਾ ਹੈ। ਉਹਨਾਂ ਗਦਾਰਾਂ ਦੀ ਗਦਾਰੀ ਦੇ ਕਾਰਨ ਕੌਮ ਨੂੰ ਇੱਕ ਦਿਨ ਨਮੋਸ਼ੀਆਂ ਦਾ ਮੂੰਹ ਵੇਖਣਾ ਪਿਆ ਹੈ। ਕੌਣ? ਤੇਜਾ ਸਿੰਘ, ਲਾਲ ਸਿੰਘ, ਉਹਨਾਂ ਦੀ ਗਦਾਰੀ ਦੇ ਕਾਰਨ ਖਾਲਸਾ ਪੰਥ ਅਤੇ ਸਿੱਖ ਫੌਜਾਂ ਮੈਦਾਨੇ ਜੰਗ ਦੇ ਅੰਦਰ ਹਾਰੀਆਂ ਅਤੇ ਗੈਰਾਂ ਦਾ ਰਾਜ ਹੋਇਆ। ਪਿਆਰ ਵਾਲਿਓ, ਉਹਨਾਂ ਨੇ ਸਮੇਂ ਦੇ ਮੁਤਾਬਕ ਇੱਕ ਗਦਾਰੀ ਕੀਤੀ। ਉਹ ਗਦਾਰੀ ਕੀ ਸੀ? ਇੱਕ ਚਿੱਠੀ ਲਿਖ ਕੇ ਦੋਸਤ ਮੁਹੰਮਦ ਖਾਨ ਨੂੰ ਭੇਜੀ, ਆਖਿਆ ਦੋਸਤ ਮੁਹੰਮਦ ਖਾਨ, ਕਾਬਲ ਦੇ ਸੂਬੇਦਾਰ ਸਾਹਿਬ, ਤੇਰੀ ਬੜੇ ਚਿਰ ਦੀ ਤਮੰਨਾ ਹੈ ਕਿ ਤੂੰ ਸਿੱਖਾਂ ਦੇ ਰਾਜ 'ਤੇ ਆਪਣਾ ਕਬਜ਼ਾ ਕਰ ਲਵੇ। ਜਮਰਾਓ ਦਾ ਕਿਲ੍ਹਾ ਤੈਨੂੰ ਜਿਹੜਾ ਰੜਕਦਾ, ਅੱਜ ਉਹਦੇ ਉੱਤੇ ਕਾਬਜ਼ ਹੋ ਸਕਦਾ, ਲੋੜ ਹੈ ਹੁਣ ਹਮਲਾ ਕਰ। ਕਿਉਂਕਿ ਹਰੀ ਸਿੰਘ ਨਲੂਆ ਬਿਮਾਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਆਹ ਦੀਆਂ ਖੁਸ਼ੀਆਂ ਵਿੱਚ ਰੁੱਝਿਆ ਹੋਇਆ, ਉਹ ਲੱਡੂ ਖਾ ਰਿਹਾ ਅਤੇ ਫੌਜਾਂ ਉਹਦੇ ਕੋਲ ਜੁੜੀਆਂ ਹੋਈਆਂ ਨੇ। ਪਹੁੰਚੀ ਚਿੱਠੀ, ਧਰਮ ਦੇ ਨਾਂ ਦੇ ਉੱਤੇ ਦੋਸਤ ਮੁਹੰਮਦ ਖਾਨ ਨੇ ਇੱਕ ਨਾਰਾ ਦਿੱਤਾ, ਆਖਿਆ ਗਾਜ਼ੀ ਭਰਾਵੋ, ਅੱਜ ਲੋੜ ਹੈ ਧਰਮ ਨੂੰ ਬਚਾਉਣ ਵਾਸਤੇ, ਧਰਮ ਨੂੰ ਵਧਾਉਣ ਵਾਸਤੇ, ਜਾ ਕਰਕੇ ਕੋਈ ਬਹੁਤ ਵੱਡੀ ਵਿਉਂਤਬੰਦੀ ਨਾਲ ਹਮਲਾ ਕਰਿਆ ਜਾਵੇ, ਪੇਸ਼ਾਵਰ ਲਾਹੌਰ ਸਾਡਾ ਹੋਵੇ, ਉਹ ਜਮਰਾਓ ਦੇ ਕਿਲ੍ਹੇ ਦੇ ਉੱਤੇ ਅਸੀਂ ਕਾਬਜ਼ ਹੋ ਜਾਈਏ। ਇਸ ਤਕਰੀਰ ਦੇ ਅੰਦਰ ਇਹਨੇ ਕਿਲਣ ਵਾਲੀ ਤਕਰੀਰ ਕਰੀ, ਆਪਣੇ ਪੰਜੇ ਪੁੱਤਰ ਅੱਗੇ ਕੀਤੇ, ਆਖਿਆ ਇਸਲਾਮ ਦੇ ਨਾਂ 'ਤੇ ਆਪਣੇ ਪੰਜੇ ਪੁੱਤਰਾਂ ਨੂੰ ਭੇਟ ਕਰਦਾ ਹਾਂ, ਸਭ ਤੋਂ ਮੂਹਰੇ ਹੋ ਕੇ ਲੜਨਗੇ। ਆਖਰ ਪੰਜੇ ਪੁੱਤਰਾਂ ਨੂੰ ਮੌਤ ਦੇ ਗਾਨੇ ਬੰਨੇ, ਹੋ ਗਏ ਤਿਆਰ ਫੌਜੀ ਜਰਨੈਲ। ਇਤਿਹਾਸ ਕਹਿੰਦੇ 40,000 ਦਾ ਮੁਲਖਈਆ ਉਸ ਕਾਬਲ ਦੇ ਵਿੱਚੋਂ ਚੜ੍ਹਨ ਲੱਗਾ। ਵਿਦਵਾਨ ਦਾ ਖਿਆਲ ਹੈ ਚੜੀਆਂ ਫੌਜਾਂ ਕਾਬਲੋਂ, ਲਾ ਚੋਟ ਨਗਾਰੇ, ਗੁੰਜਣ ਲੜ ਵਿੱਚ ਅਲੀ ਦੇ ਚੌ ਪਾਸੀ ਨਾਰੇ, ਮਾਮਾ ਹੱਥੀ ਆਪਣੇ ਕਈ ਪੁੱਤਰ ਸੰਗਾਰੇ, ਲਾੜੀ ਮੌਤ ਦੇ ਭਰਨ ਨੂੰ ਕਰ ਲਏ ਤਿਆਰੇ, ਨਿਕਲੇ ਸ਼ਸਤਰ ਪਹਿਨ ਕੇ ਪਠਾਣ ਨਗੀਨੇ, ਉਦੋਂ ਘੜ ਘੜ ਤੌਂਸਾਂ ਖੜਕੀਆਂ, ਭਾਈ ਖਬਰ ਮਦੀਨੇ, ਅਸੀਂ ਤਾਲ ਬਹਾਦਰ ਅਲੀ ਦੇ ਕੋਈ ਨਹੀਂ ਕਮੀਨੇ, ਅਸੀਂ ਲੜੀਏ ਬਲਕਲ ਮੌਤ ਨਾਲ ਕਰ ਨੰਗੇ ਸੀਨੇ। ਯਾਰ ਤਾਂ ਸਿੱਖਾਂ 'ਚ ਮੁੱਕ ਗਏ ਯਾਰ ਰਲ ਗਏ ਦਿਨੇ, ਇਹਨਾਂ ਨੂੰ ਮਜ਼ਬ ਦੇ ਵਿੱਚ ਮਿਲਾ ਕੇ ਆਵਾਂਗਾ, ਦੁਨੀਆਂ ਵਿੱਚੋਂ ਸਿੱਖੀ ਨਾਮ ਦੀ ਚੀਜ਼ ਨੂੰ ਖਤਮ ਕਰ ਦਿਆਂਗਾ। ਸਮੀ ਖਾਨ ਜਰਨੈਲ ਦੀ ਅਗਵਾਈ ਦੇ ਅੰਦਰ ਮੁਲਖੀਆ ਚੜਿਆ ਆ ਰਿਹਾ, ਆਉਂਦੀਆਂ ਫੌਜਾਂ ਕਿੱਥੇ ਪਹੁੰਚੀਆਂ ਨੇ? ਜਮਰਾਓ ਦੇ ਕਿਲ੍ਹੇ ਦੇ ਉੱਤੇ। ਜਦੋਂ ਜਮਰਾਓ ਦੇ ਕਿਲ੍ਹੇ 'ਤੇ ਪਹੁੰਚੀਆਂ ਨੇ, ਕਹਿੰਦਾ ਵਾਰੋ ਵਾਰੀ ਹਮਲਾ ਹੁੰਦਾ, ਹਮਲੇ ਨੂੰ ਰੋਕਣ ਵਾਸਤੇ ਕੁਝ ਕੁ ਸਿੰਘ, ਹਜ਼ਾਰ ਕੁ ਸਿੰਘਾਂ ਦੀ ਗਿਣਤੀ ਦੱਸੀ ਹੈ, 22 ਕੇਵਲ ਅਤੇ ਕੇਵਲ ਤੋਪਾਂ ਨੇ, ਜਿਨ੍ਹਾਂ ਵਿੱਚੋਂ 12 ਵੱਡੀਆਂ ਨੇ ਅਤੇ 10 ਛੋਟੀਆਂ ਨੇ, ਛੋਟੀ ਜੀ ਫੌਜ ਜਿਨ੍ਹਾਂ ਵਿੱਚੋਂ 300 ਬਿਮਾਰ ਸਿੰਘ ਨੇ, ਪਰ 700 ਸਿੰਘ ਮਜ਼ਬੂਤੀ ਦੇ ਨਾਲ ਇਸ ਜ਼ਾਲਮ ਦੇ ਮੁਲਖਈਏ ਦੇ ਨਾਲ ਮੁਕਾਬਲਾ ਕਰਨ ਵਾਸਤੇ ਡਟੇ ਹੋਏ ਨੇ। ਦੋਵੇਂ ਪਾਸਿਓਂ ਡਟਵੀਂ ਲੜਾਈ ਹੁੰਦੀ ਹੈ, ਖਾਲਸਾ ਜਿੱਤਦਾ ਅਤੇ ਬੈਰੀ ਹਾਰਦਾ। ਆਖਰ ਕੀ ਹੋਇਆ? ਇਹਨਾਂ ਦਾ ਇੱਕ ਦਿਨ ਵਾਰ ਉਸ ਜਮਰਾਓ ਦੇ ਕਿਲ੍ਹੇ ਦੀ ਬਾਹਰਲੀ ਕੰਧ 'ਤੇ ਵੱਜਾ, ਜਦੋਂ ਵੱਜਿਆ ਕੰਧ ਟੁੱਟੀ, ਪਾੜ ਪਿਆ, ਆਖਰ ਸੂਰਜ ਛਿਪ ਗਿਆ। ਸ਼ਾਮ ਦੇ ਵੇਲੇ ਬੈਠ ਕੇ ਅੱਜ ਸਮੀ ਖਾਨ ਜਰਨੈਲ ਵਿਚਾਰ ਕਰਦਾ, ਅਫਜ਼ਾਲ ਉਸ ਦੋਸਤ ਮੁਹੰਮਦ ਖਾਨ ਦਾ ਪੁੱਤਰ ਅੱਗੇ ਵਧਣ ਲੱਗਾ। ਸਮੀ ਖਾਨ ਨੇ ਆਖਿਆ ਯਾਦ ਰੱਖ, ਉਹ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਸ਼ਿਕਾਰ ਕਰਨਾ ਸੌਖਾ ਨਹੀਂ,
ਸ਼ੇਰ ਦੀ ਮੁੱਛ ਦੇ ਵਿੱਚੋਂ ਬਾਲ ਕੱਢਣਾ ਸੌਖਾ ਨਹੀਂ, ਇਹ ਸ਼ੇਰ ਵਰਗੇ ਨੇ ਖਾਲਸੇ, ਇਹਨਾਂ ਦੇ ਇਸ ਟਾਈਮ ਅੰਦਰ ਕਿਲੇ ਵਿੱਚ ਵੜਨਾ, ਮੌਤ ਨੂੰ ਆਵਾਜ਼ ਮਾਰਨੀ ਹੈ ਅੱਗੇ ਨਾ ਜਾਵੀਂ। ਬਸ ਪਰਤਾਏ ਵਿਚਾਰਾਂ ਆਰੰਭ ਹੋ ਗਈਆਂ। ਸਰਦਾਰ ਮਹਾਂ ਸਿੰਘ ਨੇ ਸਿੰਘਾਂ ਵਿੱਚ ਤਕਰੀਰ ਕੀਤੀ, ਆਖਿਆ ਖਾਲਸਾ ਜੀ ਅੱਜ ਦਸਤਾਰ ਦੇ ਵਾਸਤੇ, ਸਿੱਖੀ ਨਿਸ਼ਾਨ ਦੇ ਵਾਸਤੇ, ਗੁਰੂ ਪੰਥ ਦੇ ਗ੍ਰੰਥ ਦੇ ਵਾਸਤੇ ਜ਼ਿੰਮੇਵਾਰੀ ਪੈ ਗਈ ਹੈ, ਉਹਨੂੰ ਨਿਭਾਉਣ ਵਾਸਤੇ ਤਿਆਰ ਹੋ ਜਾਵੋ। ਖਾਲਸੇ ਤਿਆਰ ਹੋ ਗਏ। ਸਰਦਾਰ ਹਰੀ ਸਿੰਘ ਨਲੂਏ ਵੱਲ ਇੱਕ ਪੈਗਾਮ ਲਿਖਦਾ, ਚਿੱਠੀ ਲਿਖਦਾ। ਉਹ ਚਿੱਠੀ ਦੇ ਅੰਦਰ ਕੀ ਲਿਖਦਾ? ਕਹਿੰਦਾ ਅੱਜ ਹਰੀ ਸਿੰਘ ਤੂੰ ਬਿਮਾਰੀ ਦੀ ਹਾਲਤ ਵਿੱਚ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਆਹ ਦੇ ਲੱਡੂਆਂ ਦੀ ਖੁਸ਼ੀ ਦੇ ਅੰਦਰ ਉਲਝ ਗਿਆ ਹੈ, ਕੌਮ ਦੇ ਉੱਤੇ ਮੁਸੀਬਤ ਹੈ, ਚੜ ਕੱਟ ਕੇ ਕਾਬਲੋ ਆਇਆ, ਘੇਰਾ ਆਣ ਕੇ ਕਿਲੇ ਨੂੰ ਪਾਇਆ, ਹੱਥੋਂ ਸਿੰਘਾਂ ਨੇ ਹੈ ਖੋਣਾ ਚਾਹਿਆ, ਜੇ ਨਾ ਹੋਇਆ ਅੱਜ ਆਣ ਕੱਲ ਲੱਭੇ ਨਾ ਨਿਸ਼ਾਨ, ਅੱਜ ਕਰ ਲੈ ਕਦਮ ਅਗੇਰੇ, ਓਏ ਫੌਜ ਲੈ ਕੇ ਆ ਜਾ ਸੂਰਮਿਆਂ ਤੇਰੇ ਕਿਲੇ ਨੂੰ ਪਾ ਲੇ ਘੇਰੇ। ਇੱਕ ਚਿੱਠੀ ਲਿਖੀ ਹੈ, ਸਰਦਾਰ ਹਰੀ ਸਿੰਘ ਨੜੂਏ ਦੀ ਲੋੜ ਹੈ, ਲਿਖ ਕੇ ਚਿੱਠੀ ਆਖਿਆ ਕੌਣ ਲੈ ਕੇ ਜਾਵੇਗਾ? ਆਖਰ ਕਹਿੰਦੇ ਸਿੱਖ ਕੌਮ ਦੇ ਅੰਦਰ ਜਿੱਥੇ ਮਰਜ਼ੀ ਵੜੀਆਂ ਨੇ ਜਾਨਾਂ ਲਾਈਆਂ, ਉੱਥੇ ਬੈਠੀ ਬੀਬੀ ਹਰਸ਼ਨ ਕੌਰ ਉੱਠੀ, ਉਹਨੇ ਜਕਾਰਾ ਛੱਡਿਆ, ਆਖਿਆ ਖਾਲਸਾ ਜੀ ਤੁਸੀਂ ਵੀ ਨਿਭਾਈ ਤੇ ਮੈਂ ਵੀ ਗੁਰੂ ਦੀ ਪੁੱਤਰੀ ਹਾਂ, ਮੈਂ ਕੌਮ ਦੀ ਕੁਛ ਸੇਵਾ ਕਰਨੀ ਚਾਹੁੰਦੀ ਹਾਂ, ਮੰਗ ਕੇ ਲੈ ਕੇ ਸੇਵਾ, ਕੌਮ ਦਾ ਪੈਗਾਮ, ਕੌਮ ਦਾ ਸੱਦਾ, ਸਰਦਾਰ ਹਰੀ ਸਿੰਘ ਨੜੂਏ ਨੂੰ ਪਿਸ਼ਾਬ ਦੀ ਧਰਤੀ ਤੇ ਪਹੁੰਚਾਉਣ ਵਾਸਤੇ ਬੀਬੀ ਹਰਸ਼ਨ ਕੌਰ ਹੈ ਇੰਜ ਤੁਰੀ।
ਕਿਰਪਦਾਰ ਕਰਨਾ ਬੀਬੀ ਲਹੂ ਦਾ ਵਗਾਉਣਾ ਚਾਹੇ ਗਾਣਾ ਬੀਬੀ ਲਹੂ ਦਾ ਬੀਬੀ ਲਹੂ ਦਾ ਵਗਾਉਣਾ ਚਾਹੇ ਖਾਣ ਬੀਬੀ ਲਹੂ ਦਾ ਵਗਾਉਣਾ ਚਾਹੇ ਖਾਣ ਉਹ ਕਰਦੇ ਪਿਆਰੇ ਅੱਲਾ ਮੀਆਂ ਨੂੰ ਉਹ ਕਰਦੇ ਪਿਆਰੇ ਅੱਲਾ ਮੀਆਂ ਨੂੰ ਐਵੇਂ ਨਿੱਕਾ ਜਿਹਾ ਕਰ ਕਲਮ ਸਾਣ ਕਰ ਕੰਮ ਸਾਣ ਉਹ ਬੂੜੇ ਸੰਘਣੇ ਹਨੇਰਿਆਂ ਨੂੰ ਚੀਰਦੀ ਬੂੜੇ ਸੰਘਣੇ ਹਨੇਰਿਆਂ ਨੂੰ ਚੀਰਦੀ ਬੁੱਧੀ ਪਾਰ ਸਾਲ ਹੋਰ ਬੀਬੀ ਆਣ ਬੁੱਧੀ ਪਾਰ ਸਾ ਬੁੱਧੀ ਪਾਰ ਸਾ ਪਿਛੋਰ